ਆਹ ਕੀ ਯਾਰ ਕੀ ਹੋਏ ਯਾਰ? ਕੱਲ ਦਿੱਤੀ ਮੈਂ ਪੈਂਟ ਧੋਤੀ ਏ, ਤੂੰ ਅੱਜ ਫਿਰ ਖਰਾਬ ਕਰਕੇ ਇੱਥੇ ਰੱਖ ਦਿੱਤੀ ਧੋਣੇ ਵਾਸਤੇ ਯਾਰ, ਮੇਰੇ ਕੋਲ ਲਿਆਉਂਦਾ ਹੈ ਇਹ ਪਈ ਆ। ਉਹ ਭਾਈ ਧੋਣੇ ਵਾਲੇ ਨੇ ਤਾਂ ਉੱਥੇ ਰੱਖੇ ਨੇ ਨਾ, ਗੰਦੇ ਹੋ ਗਏ ਨੇ ਯਾਰ। ਬਦਈ ਆ ਕੱਲ ਪੈਂਟ ਧੋਤੀ ਆ ਠੀਕ ਹੈ ਨਾ, ਤੂੰ ਅੱਜ ਫਿਰ ਖਰਾਬ ਕਰ ਦਿੱਤੀ ਯਾਰ ਕਿ ਧੋਦੇ ਹੋਣ। ਉਹ ਯਾਰ ਗੰਦੇ ਹੋਏ ਨੇ ਤਾਂ ਮੈਂ ਉੱਥੇ ਰੱਖੇ ਨੇ ਨਾ, ਤੇ ਤੇਰਾ ਕੰਮ ਹੈ ਕੱਪੜੇ ਧੋਣਾ ਤੇ ਯਾਰ ਰੂਮ ਦੀ ਸਫਾਈ ਕਰਨਾ ਨਾ। ਯਾਰ ਮੈਂ ਤੁਹਾਡੇ ਦੋ ਦਾ ਕਮਰੇ ਧੋ ਦੋ ਕੇ ਥੱਕ ਗਏ ਆ, ਮੈਂ ਰੂਮ ਦੀ ਸਫਾਈ ਕਰਾਂ ਕੱਪੜੇ ਵੀ ਧੋਵਾਂ ਯਾਰ। ਅੱਛਾ ਫਿਰ ਤਾਂ ਨੌਕਰ ਨਾ ਇੱਕ ਰੱਖ ਲਈਏ ਇੱਥੇ। ਅੱਜ ਰੱਖ ਲਓ ਨੌਕਰ। ਅੱਛਾ ਤੂੰ ਬਸ ਰੋਟੀ ਪਕਾਉਣੀ ਹੁੰਦੀ ਹੈ ਨਾ ਯਾਰ, ਬਸ ਮੈਂ ਰੂਮ ਦੀ ਸਫਾਈ ਸਾਰੀ ਕਰਦਾ, ਸਾਰੇ ਕੱਪੜੇ ਮੈਂ ਧੋਨਾ ਯਾਰ। ਤੁਸੀਂ ਹਰ ਰੋਜ਼ ਯਾਰ ਗੰਦੇ ਕੱਪੜੇ ਕਰ ਦਿੰਦੇ ਹੋ, ਮੇਰੇ ਕੋਲ ਲਿਆਉਂਦਾ ਯਾਰ। ਅੱਛਾ ਤੇ ਰੋਟੀ ਪਕਾਉਣਾ ਸੌਖਾ ਕੰਮ ਹੈ? ਅਜਾ ਭਾਈ ਮੇਰੇ ਕੋਲ ਲਿਆਉਂਦਾ ਹੈ ਯਾਰ, ਮੈਂ ਨਹੀਂ ਕਰ ਸਕਦਾ, ਤੂੰ ਰੋਟੀ ਪਕਾ ਲੈਂਦਾ ਤੇ ਬੱਲੇ ਬੱਲੇ ਬਸ। ਉਹ ਭਾਈ ਹੁਣ ਬਾਹਰ ਆਏ ਆ ਨਾ, ਇਹ ਕੰਮ ਤੇ ਕਰਨੇ ਹੀ ਪੈਣੇ ਨੇ ਨਾ। ਮੈਂ ਨਹੀਂ ਕਰਨਾ ਹੁਣ, ਹੁਣ ਮੈਂ ਹਾਂਡੀ ਰੋਟੀ ਦਾ ਕੰਮ ਕਰਨਾ ਯਾਰ, ਮੈਂ ਬੋਲਿਆ ਕਦੀ? ਲਓ ਜੀ ਹਾਂਡੀ ਪਕਾਉਣਾ ਵੀ ਯਾਰ ਕੋਈ ਮੁਸ਼ਕਲ ਕੰਮ ਹੈ? ਹਾਂਜੀ ਅੱਜ ਕੀ ਰੌਲਾ ਬਣਿਆ ਬਾਈ? ਆਇਆ ਭਾਈ ਆ ਵਿਆਹ ਯਾਰ, ਆਪਾਂ ਪਸ਼ੂ ਪੈਂਦਾ ਦੇ ਧੋਤੇ ਆ, ਉਹਦਾ ਹੈ ਖਰਾਬ ਕਰ ਦਿੱਤੇ ਸੀ ਯਾਰ। ਭਾਈ ਮੇਰੇ ਕੋਲ ਲਿਆਉਂਦਾ ਯਾਰ, ਲਾ ਦੋ ਉਹਦੇ ਕੱਪੜੇ ਲਾ ਦਿੰਦਾ, ਮੈਂ ਆਪਣੇ ਤਿੰਨ ਦਿਨ ਬਾਅਦ ਕੱਪੜੇ ਧੋਦਾ ਵਾ। ਹਾਂ ਬਾਈ ਭਾਈ ਯਾਰ ਇਹ ਪੈਂਟ ਬਸ ਮੈਂ ਲਾਈ ਹੈ ਸਿਰਫ, ਸਹੀ ਹੈ, ਉਸ ਤੋਂ ਪਹਿਲਾਂ ਮੈਂ ਤਿੰਨ ਦਿਨ ਬਾਅਦ ਦੋ ਦਿਨ ਬਾਅਦ ਮੈਂ ਵੀ ਲਾਉਂਦਾ ਕੱਪੜੇ। ਮੈਨੂੰ ਕੁਝ ਸਮਝ ਨਹੀਂ ਆ, ਹਰ ਰੋਜ਼ ਤੁਸੀਂ ਰੌਲਾ ਪਾਇਆ ਹੁੰਦਾ, ਹਰ ਰੋਜ਼ ਰੌਲਾ ਪਾਇਆ ਹੁੰਦਾ। ਭਾਈ ਮੈਂ ਦੋ ਕੰਮ ਕਰਦਾ ਯਾਰ, ਮੈਂ ਸਾਰੀ ਰੂਮ ਦੀ ਸਫਾਈ ਕਰਦਾ ਕੱਪੜੇ ਦੇ, ਹਰ ਰੋਜ਼ ਮੈਂ ਧੋਂਦਾ, ਹਾਲੀ ਰੋਟੀ ਪਕਾਉਂਦਾ ਬਸ। ਇੱਕ ਮਿੰਟ, ਇਸ ਤਰ੍ਹਾਂ ਕਰਦੇ ਹਾਂ, ਤਿੰਨੇ ਪਾਉਂਦੇ ਹਾਂ ਪੈਸੇ ਅਤੇ ਲੈ ਆਉਂਦੇ ਹਾਂ ਮਸ਼ੀਨ ਕੱਪੜੇ ਧੋਣੇ ਲਈ, ਸਹੀ ਹੈ? ਮਸ਼ੀਨ 'ਚ ਕੱਪੜੇ ਧੋਣੇ ਕਰਾਂਗੇ, ਅਤੇ ਤੂੰ ਹਾਂਡੀ ਰੋਟੀ ਦਾ ਅੱਗੇ ਕਰ ਰਿਹਾ, ਅਤੇ ਤੂੰ ਜਿਹੜਾ ਬਸ ਰੂਮ ਦੀ ਸਫਾਈ ਕਰਨੀ, ਸਹੀ ਹੈ? ਅੱਜ ਤਾਂ ਲੋ ਸਹੀ ਹੈ, ਮੈਂ ਬਸ ਰੂਮ ਦੀ ਸਫਾਈ ਕਰਨੀ ਬਸ। ਹਾਂ ਸਹੀ ਹੈ, ਠੀਕ ਹੈ, ਖੁਸ਼ ਹੈ ਨਾ ਹੁਣ ਇਹਦੇ, ਕੱਲ੍ਹ ਤੱਕ ਮਸ਼ੀਨ ਦਾ ਮੈਂ ਪਤਾ ਕਰਨਾ, ਸਹੀ ਹੈ? ਚਲੋ ਸਹੀ, ਅੱਜ ਮੈਂ ਧੋ ਦਿੰਦਾ, ਕੱਲ੍ਹ ਮਸ਼ੀਨ ਲਿਆਓ ਆਪਣਾ। ਹਾਂ